ਵੇਲੇ ਮੈਂ ਤਵੀ ਪੁੱਲ ਤੇ ਹਾਂ ਤੇ ਉੱਤੇ ਤੁਸੀਂ ਵੇਖ ਸਕਦੇ ਹੋ ਇੱਥੇ ਮਹਾਰਾਜਾ ਹਰੀ ਸਿੰਘ ਦਾ ਸਟੈਚੂ ਹੈ ਤੇ ਥੱਲੇ ਯੁਵਾ ਸਭਾ ਰਾਜਪੂਤ ਦੇ ਜਿੰਨੇ ਵੀ ਇਹ ਯੁਵਕ ਨੇ ਇੱਥੇ ਸਾਰੇ ਮੌਜੂਦ ਨੇ ਤੇ ਇਸ ਵੇਲੇ ਸਾਡੇ ਨਾਲ ਇੱਥੇ ਯੁਵਾ ਰਾਜਪੂਤ ਸਭਾ ਦੇ ਪ੍ਰਧਾਨ ਨੇ ਰਾਜਨ ਸਿੰਘ ਜੀ ਇੱਦਾਂ ਇਹਨਾਂ ਨੂੰ ਹੈਪੀ ਕਹਿੰਦੇ ਨੇ ਹੈਪੀ ਜੀ ਇਹ ਸੁਣਾਓ ਅੱਜ ਫਿਰ ਤੁਸੀਂ ਅੱਜ 10 ਤਰੀਕ ਹੈ ਤੇ ਅੱਜ ਫਿਰ ਤੁਸੀਂ ਇੱਥੇ ਪੁੱਲ ਬੰਦ ਕਰਕੇ ਖੜੋ ਗਏ ਹੋ ਕੀ ਹੋ ਗਿਆ ਛੁੱਟੀ ਮਿਲੀ मैडम जी ना भी हैप्पी है तो थोड़े हैप्पी भी हुए हैं अज एल जी साहब की गल्लां सुनी है एल जी साहब उन्हें अज आश्वासन किया है कि अज ये पर कमेटी बनी आग बड़ी जल्दी के जम्मू के डोगरें ही छुट्टी मिली आग तो एडी बड़ी शख्सियत का जरा माण रखना मैं जम्मू के डोगरा होने के नाते ये साड़ा फर्ज बनता है कि बड़ी बड़ी चेयर है जम्मू की महाराजा हरि सिंह महाराजा हरि सिंह की रियासत बिच एल जी साहब एल जी साहब का माण रखने जरा असें ये धरना है ਇਹ ਥੋੜਾ ਡਿਲੇ ਕੀਤਾ ਹੈ ਇਸੀ ਖਤਮ ਨਹੀਂ ਕੀਤਾ ਨਹੀਂ ਤੁਸੀਂ ਤੁਸੀਂ ਕਿਹਾ ਸੀ ਨਾ ਪਿਛਲੇ ਤੁਸੀਂ ਕਿਹਾ ਸੀ ਪਿਛਲੇ ਮਹੀਨੇ ਕਿ ਹੁਣ ਹਰ ਮਹੀਨੇ ਅਗਲੇ ਮਹੀਨੇ ਦੀ 10 ਤਰੀਕ ਅਸੀਂ ਧਰਨਾ ਲਾ ਕੇ ਬਹਿ ਜਾਣਾ ਤੇ ਟੈਂਟ ਟੁੰਟ ਦਾ ਸਮਾਨ ਤੁਸੀਂ ਕਰ ਲਿਆ ਟੈਂਟ ਵੀ ਕਰ ਲਿਆ ਸਮਾਨ ਵੀ ਕਰ ਲਿਆ ਇਹ ਦੇਖੋ ਤੁਹਾਡੇ ਸਾਹਮਣੇ ਚੈਂਬਰ ਆਫ ਕਾਮਰਸ ਦੇ ਲੋਕ ਬਾਹਰ ਐਸੋਸੀਏਸ਼ਨ ਟਰਾਂਸਪੋਰਟ ਸਾਰੇ ਲੋਕ ਜੰਮੂ ਦੇ ਕੰਨੇ ਹੈ ਲੇਕਿਨ ਕੁਝ ਸਰਪੰਚਿਸ ਪੈਂਚਿਸ ਤੇ ਇਹ ਬਿਸ਼ਨਾ ਦੇ ਪੀ ਆਰ ਆਈ ਦੇ ਪ੍ਰਧਾਨ ਵੀ ਆਏ ਦਿਨ ਸਾਰੇ ਲੋਕਾਂ ਦਾ ਅਸੀਂ ਸ਼ੁਕਰੀਆ ਅਦਾ ਕੀਤਾ ਅਤੇ ਬੜੀ ਜਲਦ ਗਿਆ ਐਲ ਜੀ ਸਾਹਿਬ ਕੋਲ ਅਸੀਂ ਆਸ਼ਵਾਸਨ ਮਿਲਿਆ ਅਤੇ ਇਹ ਛੁੱਟੀ ਹੋਈ ਆਗ ਅਸੀਂ ਜਿਹੜਾ ਪ੍ਰਦਰਸ਼ਨ ਆਪਣਾ ਇਹ ਥੋੜ੍ਹੀ ਦੇਰ ਵਾਸਤੇ ਡਿਲੇ ਕੀਤਾ ਬੰਦ ਨਹੀਂ ਕੀਤਾ ਅਗਰ ਛੁੱਟੀ ਨਹੀਂ ਮਿਲੀ ਇਹ ਰਾਜਪੂਤ ਇਹ ਥੜਾ ਇਹ ਟੈਂਟ ਦੁਬਾਰਾ ਲੱਗਣ ਤੋਂ ਉਸ ਦੇ ਆਸ ਇੱਥੇ ਮਿਲ ਗਏ ਅੱਛਾ ਪਿਛਲੀ ਵਾਰ ਜਦੋਂ ਤੁਸੀਂ ਇੱਥੇ ਰਸਤਾ ਬੰਦ ਕੀਤਾ ਸੀ ਤਵੀ ਪੁੱਲ ਬੰਦ ਕੀਤਾ ਸੀ ਤੇ ਪਿਛਲੀ ਵਾਰ ਯੂਟੀ ਅਧਿਕਸ਼ ਰਵਿੰਦਰ ਰੈਨਾ ਉਹ ਵੀ ਤੁਹਾਡੇ ਨਾਲ ਨਾਰੇ ਲਾ ਕੇ ਗਏ ਸੀ ਤੇ ਕਹਿੰਦੇ ਛੁੱਟੀ ਲੈਣੀ ਹੈ ਤੇ ਕੈਲੰਡਰ ਨਿਕਲਿਆ ਛੁੱਟੀ ਨਹੀਂ ਮਿਲੀ ਤੇ ਇਸ ਵਾਰ ਤੁਹਾਡੇ ਪ੍ਰੋਟੈਸਟ ਲੱਭਦੇ ਨਹੀਂ ਪਏ ਹੋ ਮੈਡਮ ਜੀ ਮੇਰੀ ਗੱਲ ਸੁਣੋ ਇਹ ਜਿਹੜਾ ਤੁਸੀਂ ਜਨ ਸਲਾਬ ਦਿਖਾ ਦਿਓ ਮਹਾਰਾਜਾ ਦੇ ਪ੍ਰਤੀ ਬੱਲੇ ਬੱਲੇ ਲੋਕਾਂ ਦੇ ਦਿਲਾਂ ਦੇ ਵਿੱਚ ਅੱਗ ਬਣ ਚੁੱਕੇ ਦਾ ਇਸੀ ਬੰਬ ਬਣਨੇ ਕੋਲ ਪਹਿਲਾਂ ਹੀ ਗਵਰਨਮੈਂਟ ਨੇ ਛੁੱਟੀ ਦੇ ਦੇਣੀ ਹੈ ਥੋੜਾ ਸਬਰ ਕਰਨੇ ਪਉਣਾ ਅਸ ਵੀ ਕਰਾ ਦਿਆਂ ਤੇ ਮੈਂ ਖਾਸ ਕਰੀਏ TSL ਸਟੇਟ ਲਾਈਨ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਕਿ ਬੇਲੇ ਕਵੇਲੇ ਜਿਹਲੇ ਵੀ ਅਸੀਂ ਤੁਸੀਂ ਬੁਲਾਇਆ ਤੇ ਤੁਸੀਂ ਇੱਥੇ ਆਏ ਹੋ ਤੇ ਸਾਡੀ ਗੱਲ ਰੱਖੀਏ ਜਿਹੜਾ ਅੱਜ ਦਾ ਜਨ ਸਲਾਬ ਹੈ ਮੈਂ ਮੀਡੀਆ ਦੇ ਥਰੂ ਦੇ ਬੰਦੇ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਨਾ ਜੈ ਹਿੰਦ ਜੈ ਭਾਰਤ ਇਹਦਾ ਕਹਿਣਾ ਹੈ ਕਿ ਇਹ ਯੁਵਾ ਰਾਜਪੂਤ ਸਭਾ ਦਾ ਅੱਜ ਫਿਰ ਇੱਕ ਪ੍ਰਦਰਸ਼ਨ ਹੀ ਜਿਹੜਾ ਤੁਸੀਂ ਇੱਥੇ ਵੇਖ ਰਹੇ ਹੋ ਸਾਰੇ ਤੇ ਇੰਨੀ ਸੰਖਿਆ 'ਚ ਲੋਕ ਇੱਥੇ ਪੁੱਜੇ ਰਹੇ ਨੇ ਮਹਾਰਾਜਾ ਹਰੀ ਸਿੰਘ ਦੀ ਛੁੱਟੀ ਵਾਸਤੇ ਤੇ ਜਿੱਦਾਂ ਇਹਨਾਂ ਨੇ ਕਿਹਾ ਕਿ ਸਾਨੂੰ ਜਿਹੜੇ ਐਲ ਜੀ ਨੇ ਆਸ਼ਵਾਸਨ ਦੇ ਦਿੱਤਾ ਕਿ ਤੁਹਾਨੂੰ ਜਲਦ ਹੀ ਹੁਣ ਛੁੱਟੀ ਮਿਲ ਜਾਊਗੀ ਇੱਕ ਕਮੇਟੀ ਵੀ ਬਣੂਗੀ ਇਹਦੇ ਵਾਸਤੇ ਤੇ ਇਹ ਤੁਸੀਂ ਵੇਖ ਸਕਦੇ ਹੋ ਨਜ਼ਾਰਾ मैं खास करिए तहे दिल के चैंबर ऑफ कॉमर्स ओदे बाद ट्रांसपोर्ट वेलफेयर एसोसिएशन फिर जम्मू दे वेयर हाउस दी जेडी वेयर हाउस दी मार्केट है उंदा बाला साहब सिंह सैना ठाकरे ओदे बाद इक्यूट जम्मू उन्हें अहीं आश्वासन दिता मैं इस मंत्र तुसें लोकें आखना चाहंग कि मी लगदा है कि अस महाराजा हरि सिंह की छुट्टी की लड़ाई की जिहड़ी पहली सीढ़ी है वह अज चढ़ी चुके हैं मैं फिर एक बार आखना चाहंग इस प्रशासन की इस गौरमेंट की कि इंदे जम्मू के डोगरे का यह इम्तिहान नहीं लाओ ये लास्ट सबर का बांद है असें एड्डी वड्डी चेयर की जिहड़ी गल सुनी है तो गल मन्नी है क्योंकि सुप्रीमो वड्डी वड्डी चेयर है अरजी साहब साढ़े जम्मू के अस उनका मान रखने वाले जिहड़ियां भिन्न भिन्न इलाके लगा बसा मैटर भेजी गई एल जी साहब की मुलाकात करिए ਉਹਦੇ ਬਾਅਦ ਅਸੀਂ ਕੈਂਸਲ ਕੀਤਾ ਲੇਕਿਨ ਫਿਰ ਵੀ ਜਿਹੜੇ ਇਹ ਲੋਕ ਜਿੰਦੇ ਤੋਂ ਮੈਸੇਜ ਨਹੀਂ ਪੁੱਜਦਾ ਉਹਨੇ ਵੀ ਆਹ ਸਰਾਣੇ ਵਾਸਤੇ ਇੱਥੇ ਆਏ ਹਾਂ ਕਿ ਅਸ ਪਹਿਲੀ ਲੜਾਈ ਜਿੱਤੀ ਚੁੱਕੇ ਨੇ ਹਾਂ ਜਦ ਤੱਕ ਮਹਾਰਾਜਾ ਹਰੀ ਸਿੰਘ ਦੀ ਛੁੱਟੀ ਨਹੀਂ ਹੋ ਯੁਵਾ ਰਾਜਪੂਤ ਸਭਾ ਇਹਦੇ ਵਾਸਤੇ ਜਿਹੜਾ ਉਹਦਾ ਗੁਣਗਾਨ ਕਰਦੀ ਰਹੋ ਖਾਸ ਕਰੀਏ ਮੈਂ ਗੁੱਜਰ ਚੈਰੀਟੇਬਲ ਟਰੱਸਟ ਦੇ ਸਾਹ ਨਵਾਜ਼ ਹੁਸੈਨ ਦਾ ਵੀ ਸ਼ੁਕਰੀਆ ਕਰੂੰ ਜਿਹਨਾਂ ਸ਼ਾਹ ਮੁਹੰਮਦ ਦਾ ਐਡਵੋਕੇਟ ਸਾਹਿਬ ਜਿਹਨੇ ਇੱਥੇ ਆਣੀ ਹੈ ਸਾਡਾ ਉਹਦੇ ਬਾਅਦ ਮੈਂ ਆਲ ਬਰਾਦਰੀ ਸਿੱਖ ਕਮਿਊਨਿਟੀ ਦਾ ਉਹਨੇ ਵੀ ਕਹਿੰਦੇ ਸਮਰਥਨ ਕੀਤਾ ਹਰੀ ਸਿੰਘ ਜੀ ਮਹਾਰਾਜਾ ਹਰੀ ਸਿੰਘ ਜੀ ਮਹਾਰਾਜਾ ਹਰੀ ਸਿੰਘ ਜੀ ਕੇ ਜਨਮ ਦਿਵਸ ਪਰ ਛੁੱਟੀ ਘੋਸ਼ਿਤ ਕਰੋ ਮਹਾਰਾਜਾ ਹਰੀ ਸਿੰਘ ਜੀ ਕੇ ਜਨਮ ਦਿਵਸ ਪਰ ਮਹਾਰਾਜਾ ਹਰੀ ਸਿੰਘ ਜੀ ਕੇ ਜਨਮ ਦਿਵਸ ਪਰ ਮੈਂ ਸਾਰੇ ਕੋਲ ਪਹਿਲਾਂ ਤੇ ਇੱਥੇ ਜਿਹੜਾ ਜਨ ਸਲਾਬ ਸਾਡੇ ਯੁਵਾ ਚਿਹਰੇ ਦਿਖਣੇ ਮਿਲਾ ਕਰਦੇ ਹਨ ਹਰ ਜਾਤ ਧਰਮ ਬਰਾਦਰੀ ਜਿਹੜੇ ਯੁਵਾ ਰਾਜ ਸਭਾ ਦੇ ਬੈਨਰ ਦੇ ਥੱਲੇ ਇੱਥੇ ਜਿਹੜਾ ਪ੍ਰੋਗਰਾਮ ਇੱਥੇ ਆਰਗਨਾਈਜ਼ ਕੀਤੇ ਦਾ ਹੈ
ਇਹ ਜਨ ਸਲਾਬ ਦੇਖਣੇ ਮਿਲਾ ਕਰਦਾ ਕਿ ਕਿੰਨਾ ਲੋਕੇ ਦੇ ਅੰਦਰ ਜੋਸ਼ ਹੈ ਤੇ ਆਕਰੋਸ਼ ਹੈ ਜੋਸ਼ ਅਹਿਸਾਸ ਇੱਥੇ ਨਹੀਂ ਮਹਾਰਾਜਾ ਹਰਿ ਸਿੰਘ ਦੇ ਸਟੈਚੂ ਜੀ ਕੋਲ ਨਹੀਂ ਇਹ ਜੰਮੂ ਕਸ਼ਮੀਰ ਦੇ ਹਰ ਕੋਨੇ ਚ ਹਰ ਗ੍ਰਾਂ ਚ ਹਰ ਮਹੱਲੇ ਚ ਇਸ ਤਰੀਕੇ ਦਾ ਜਨ ਸਲਾਬ ਆਏਗਾ ਅਗਰ ਇਸ ਤੋਂ ਜ਼ਿਆਦਾ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਆ ਸਕਣੇ ਚਾਹੁੰਦੇ ਥੈਂਕ ਯੂ ਵੈਰੀ ਮੱਚ ਮੈਂ ਹੁਣ ਟਰਾਂਸਪੋਰਟ ਅਸ਼ੀਸ਼ ਦੀ ਤਰਫ ਦਾ ਜਿਹੜੇ ਮੇਰੇ ਭਰਾ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਤਵੀ ਪੁੱਲ ਜਿਹੜਾ ਹੈਗਾ ਇੱਕ ਵਾਰ ਫਿਰ ਇੱਥੇ ਜਾਮ ਲੱਗੇ ਰਹੇ ਤੇ ਜਾਮ ਲੱਗਣੇ ਦਾ ਤੁਸੀਂ ਸਾਰੇ ਕਾਰਨ ਵੀ ਜਾਣਦੇ ਹੋ ਉਹ ਪਿੱਛੇ ਮੈਂ ਤੁਹਾਨੂੰ ਦੱਸਾਂਗੀ ਉਹ ਵੇਖੋ ਇਹ ਸਵੇਰੇ ਦਾ ਇੱਥੇ ਜਾਮ ਲੱਗੇ ਰਹੇ ਸਵੇਰੇ ਦੀ ਗੱਡੀਆਂ ਇੱਥੇ ਰੁਕੀ ਰਹੀਆਂ ਨੇ ਕਾਰਨ ਸੀ ਕਿ ਅੱਜ 10 ਤਰੀਕ ਹੈ ਤੇ ਹਰ ਮਹੀਨੇ ਵਿੱਚ ਯੁਵਾ ਰਾਜਪੂਤ ਸਭਾ ਦੇ ਜਿਹੜੇ ਯੁਵਕ ਨੇ ਇਹਨਾਂ ਨੇ ਕਿਹਾ ਸੀ ਹਰ ਮਹੀਨੇ ਹੁਣ ਅਸੀਂ ਧਰਨਾ ਲਾਵਾਂਗੇ ਤੇ ਧਰਨਾ ਲਾ ਕੇ ਮਹਾਰਾਜਾ ਹਰੀ ਸਿੰਘ ਦੀ ਜਿਹੜੀ ਛੁੱਟੀ ਹੈਗੀ ਆ ਉਹ ਮੰਗਾਂਗੇ ਤੇ ਫਾਈਨਲੀ ਇਸ ਦੀ ਜਿਹੜੀ ਮੰਗ ਸੀ ਉਹ ਜਲਦੀ ਹੁਣ ਪੂਰੀ ਹੋਣ ਵਾਲੀ ਹੈ ਇਹ ਮੈਂ ਨਹੀਂ ਕਹਿ ਰਹੀ ਯੁਵਾ ਰਾਜਪੂਤ ਸਭਾ ਦੇ ਜਿਹੜੇ ਪ੍ਰਧਾਨ ਨੇ ਹੈਪੀ ਸਿੰਘ ਜੀ ਕਹਿ ਰਹੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹ ਨਵੀਂ ਪੁੱਲ ਦਾ ਨਜ਼ਾਰਾ ਹੈ ਕਿਹਾ ਕਿ ਅੱਜ ਸਾਡੇ ਨਾਲ ਚੈਂਬਰ ਦੇ ਵੀ ਲੋਕ ਆਏ ਰਹੇ ਨੇ ਅਤੇ ਨਾਲ ਸ਼ਿਵ ਸੈਨਾ ਦੇ ਜਿਹੜੇ ਕਾਰਜਕਰਤਾ ਨੇ ਉਹ ਵੀ ਅੱਜ ਇਹਦਾ ਸਮਰਥਨ ਕਰਨ ਵਾਸਤੇ ਆਏ ਰਹੇ ਨੇ ਔਰ ਵੀ ਵੱਖਰੇ ਵੱਖਰੇ ਕਮਿਊਨਿਟੀ ਦੇ ਲੋਕ ਇੱਥੇ ਅੱਜ ਵੇਖਣ ਨੂੰ ਸਾਨੂੰ ਲੱਭੇ ਕਿ ਅੱਜ ਯੁਵਾ ਰਾਜਪੂਤ ਸਭਾ ਦੇ ਨਾਲ ਉਹ ਸਮਰਥਨ ਕਰ ਰਹੇ ਸੀ ਛੁੱਟੀ ਲਈ ਮਹਾਰਾਜਾ ਹਰੀ ਸਿੰਘ ਜੀ ਅਤੇ ਹੁਣ ਵੇਖਣਾ ਇਹ ਹੈ ਕਿ ਆਉਣ ਵਾਲੇ ਟਾਈਮ ਵਿੱਚ ਇਹਨਾਂ ਨੂੰ ਛੁੱਟੀ ਮਿਲਦੀ ਹੈ ਜਾਂ ਨਹੀਂ।